ਬਾਦਲ ਆਪਣੀ ਹੋਂਦ ਦੀ ਲੜਾਈ ਲੜ ਰਹੇ ਨੇ ਕੋਈ ਇਹਨਾਂ ਦੀ 2022 ਦੀ ਚੋਣ ਦੀ ਲੜਾਈ ਨਹੀਂ ਜਿਹੜੀਆਂ 14 17 ਪਿਛਲੀ ਵਾਰੀਆਂ ਆਈਆਂ ਨੇ ਉਹ ਚਾਰ ਵੀ ਨਹੀਂ ਆਉਣੀ ਇਹਨਾਂ ਦੀ ਇਹਦਾ ਬਾਲ ਦੀ ਖਲ ਲਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਤੇ ਰਾਜਗੁਰੂ ਸ਼ਹੀਦ ਭਗਤ ਸਿੰਘ ਤੇ ਬਾਰਸ ਨੇ ਇਹਨਾਂ ਨੂੰ ਤੁਸੀਂ ਝੂਠ ਬੋਲ ਕੇ ਗਮਰਾਹ ਕਰ ਲੋਗੇ ਇਸ ਸਟੇਜ ਦੇ ਉੱਤੇ ਇੱਕ ਸਾਡੇ ਗੁਰਸਿੱਖ ਬੰਦੇ ਨੇ ਇੰਗਲੈਂਡ ਤੋਂ ਇੱਕ ਉਹ ਪਾਈ ਕਲਿੱਪ ਉਹ ਕਹਿਣ ਲੱਗਾ ਉਹ ਮੋਦੀ ਤੂੰ ਕੀ ਸਮਝਦਾ ਹੈ ਮੈਂ ਕੱਲਾ 100 ਪਿੰਡਡ ਆਊਟ ਕਰੂੰਗਾ ਪੰਜਾਬ ਦੇ ਸਾਡੇ ਗੁਰਸਿੱਖਾਂ ਤੇ ਐਡੀ ਵੱਡੀ ਕਿਰਪਾ ਕੱਲੇ ਕੱਲੇ ਐਡੀ ਐਡੀ ਉਹਨਾਂ ਦੇ ਕਾਰੋਬਾਰ ਨੇ ਸਾਰੇ ਲੋਕ ਡੈਮੋਕ੍ਰੈਟਿਕ ਲੋਕ ਨੇ ਜਿਹੜੇ ਸਾਰੇ ਸਾਂਝੀ ਸੋਚ ਵਾਲੇ ਲੋਕ ਨੇ ਹਿੰਦੁਸਤਾਨ ਦੀ ਜਿਹੜੀ ਮੂਵਮੈਂਟ ਬਣ ਰਹੀ ਹੈ ਇਹ ਨਰਿੰਦਰ ਮੋਦੀ ਨੂੰ ਆਉਣ ਵਾਲੇ ਸਮੇਂ ਵਿੱਚ ਗੱਦੀ ਤੋਂ ਲਾ ਕੇ ਹਿੱਸਾ ਲੈਣਗੇ ਸਾਰੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨਾਰਾਜ਼ ਹੋ ਕੇ ਸੁਖਦੇਵ ਸਿੰਘ ਢੀਂਡਸਾ ਨੇ ਨਵੀਂ ਪਾਰਟੀ ਬਣਾਈ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਅਹੁਦੇਦਾਰਾਂ ਦੇ ਲਗਾਤਾਰ ਐਲਾਨ ਹੋ ਰਹੇ ਨੇ ਜ਼ਿਲ੍ਹਾ ਸੰਗਰੂਰ ਤੋਂ ਗੁਰਵਚਨ ਸਿੰਘ ਬਚੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਗੁਰਵਚਨ ਸਿੰਘ ਬਚੀ ਪੀਐਸਪੀਸੀਐਲ ਦੇ ਸਾਬਕਾ ਏਮ ਰਹੇ ਚੁੱਕੇ ਨੇ ਸੋ ਉਹ ਭਵਾਨੀਗੜ੍ਹ ਵਿਖੇ ਪਹੁੰਚੇ ਨੇ ਕਰਾਂਗੇ ਗੱਲਬਾਤ ਬਚੀ ਸਾਹਿਬ ਨਾਲ ਬਚੀ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਬਹੁਤ ਥੈਂਕ ਯੂ ਵੈਰੀ ਮਚ ਜਿਲ੍ਹਾ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਆਏ ਤੇ ਇੱਥੇ ਤੁਸੀਂ ਹੋਰ ਵੀ ਨਿਯੁਕਤੀਆਂ ਕਰੀਆਂ ਨੇ ਕਿਵੇਂ ਦੀ ਰਣਨੀਤੀ ਰਹਿਣ ਵਾਲੀ ਹੈ ਡੈਮੋਕ੍ਰੇਟਿਕ ਦੀ ਆਉਣ ਵਾਲੇ ਸਮੇਂ ਦੀ ਨਹੀਂ ਸਰਦਾ ਸਾਡੀ ਸ਼੍ਰੋਮਣੀ ਕਾਲੀਦਾ ਡੈਮੋਕ੍ਰੇਟਿਕ ਵੱਲੋਂ ਜੋ ਮੈਨੂੰ ਜ਼ਿਲ੍ਹੇ ਦੀ ਸੇਵਾ ਲਈ ਗਈ ਹੈ ਉਹਦੇ ਲਈ ਟੀਨਸਾ ਸਾਹਿਬ ਦਾ ਸਾਰੇ ਜ਼ਿਲ੍ਹੇ ਦੇ ਸੀਨੀਅਰ ਅਫਸਰਾਂ ਦਾ ਬਹੁਤ ਧੰਨਵਾਦ ਹੈ ਤੋਂ ਅਸੀਂ ਮੈਂ ਪਹਿਲਾਂ ਦਿੜਬੇ ਹਲਕੇ ਦੀ ਮੀਟਿੰਗ ਕਰ ਚੁੱਕੇ ਹਾਂ ਤੇ ਅਸੀਂ 30 ਤਰੀਕ ਤੱਕ ਸਾਰੇ ਸੱਤੇ ਹਲਕਿਆਂ ਦੇ ਸਰਕਲਾਂ ਦੇ ਪ੍ਰਧਾਨ ਚੁਣ ਲੈਣੇ ਨੇ ਤੇ ਉਸ ਤੋਂ ਬਾਅਦ 4 April ਨੂੰ ਗੁਰਦਾਰਾ ਨਾਨਕੀਨ ਸਾਹਿਬ ਵਿਖੇ ਸੰਗਤ ਰੂਪੀ ਬਹੁਤ ਵੱਡਾ ਆਪਣਾ ਸੰਗਤ ਰੂਪੀ ਇਕੱਠ ਹੋ ਕੇ ਕਰਕੇ ਉੱਥੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਖੰੜ ਪਾਤਸ਼ਾਹ ਜੀ ਦੇ ਭੋਗ ਪਾਏ ਜਾਣਗੇ ਜਿੱਥੇ ਕਿਸਾਨ ਮੋਰਚੇ ਦੀ ਸਫਲਤਾ ਲਈ ਤੇ ਜਿਹੜੇ ਕਿਸਾਨ ਮੋਰਚੇ ਦੌਰਾਨ 282 ਪਰਿਵਾਰਾਂ ਦੇ ਸ਼ਹੀਦ ਹੋਏ ਨੇ 282 ਉਹਨਾਂ ਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ ਤੇ ਜਥੇਬੰਦੀ ਨੂੰ ਰਾਜਨੀਤਿਕ ਤੌਰ ਤੇ ਮਜਬੂਤ ਕਰਨ ਲਈ ਵਿਚਾਰਾਂ ਕੀਤੇ ਜਾਣਗੇ। ਪ੍ਰਧਾਨ ਜੀ ਵੈਸੇ ਤੁਹਾਨੂੰ ਕੀ ਲੱਗਦਾ ਜਿਵੇਂ ਡੈਮੋਕ੍ਰੇਟਿਕ ਪਾਰਟੀ ਵੱਖਰੀ ਬਣਾਈ ਢੀਂਸਾ ਸਾਹਿਬ ਨੇ ਕੀ ਗੱਲ ਸਹੀ ਫੈਸਲਾ ਪੂਰਾ? ਨਹੀਂ ਇਹ ਡੈਮੋਕ੍ਰੇਟਿਕ ਪਾਰਟੀ ਨਹੀਂ ਐ ਇਹ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਐ। ਇਹ ਇਹ ਫੈਸਲਾ ਸਿਧਾਂਤਾਂ ਦੇ ਤੌਰ ਦੇ ਤੇ ਲਿਆ ਗਿਆ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਵੱਲੋਂ ਕਿਉਂਕਿ ਜਿਹੜੇ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਹੈ ਜੋ ਸ਼੍ਰੋਮਣੀ ਅਕਾਲੀ ਦਲ ਪੁਰਾਣੇ ਜਥੇਦਾਰਾਂ ਦੀ ਕੁਰਬਾਨੀਆਂ ਨਾਲ ਬਣਿਆ ਸੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਾਲਸਾ ਪੰਥ ਦੀ ਨਮੈਂਦਾ ਜਥੇਬੰਦੀ ਸੀ ਜੋ ਉਹਦਾ ਸਿਧਾਂਤ ਸੀ ਉਹ ਬਾਦਲ ਪਰਿਵਾਰ ਨੇ ਆਪਣੀ ਨਿੱਜੀ ਹੋਂਮੇ ਲਈ ਆਪਣੇ ਪਰਿਵਾਰਵਾਦ ਲਈ ਲੁੱਟ ਖੁੱਟ ਲਈ ਉਹਨਾਂ ਨੇ ਸਿੱਖੀ ਦੇ ਸਿਧਾਂਤ ਸਾਰੇ ਛੱਡ ਕੇ ਉਸ ਨੂੰ ਇੱਕ ਡਿਕਟੇਟਰਸ਼ਿਪ ਦੇ ਤੌਰ ਦੇ ਉੱਤੇ ਅਕਾਲੀ ਦਲ ਨੂੰ ਇੱਕ ਕਾਰਪੋਰੇਟ ਕੰਪਨੀ ਦੀ ਤਰ੍ਹਾਂ ਚਲਾ ਕੇ ਜੋ ਉਹਨਾਂ ਨੇ ਕਾਲੀਦਲ ਦਾ ਨੁਕਸਾਨ ਕੀਤਾ ਉਹਦੇ ਵਿੱਚ ਜਿਵੇਂ ਇਸ ਤਰ੍ਹਾਂ ਸਾਡੇ ਬਾਈਬਲ ਕਾਂਡ ਹੋਇਆ ਕੋਲੀ ਕਾਂਡ ਹੋਇਆ ਅਕਾਲ ਤਖਤ ਸਾਹਿਬ ਦੇ ਜਫੇਦਾਰਾਂ ਨੂੰ ਆਪਦੀ ਕੋਠੀ ਬੁਲਾ ਕੇ ਨੌਕਰਾਂ ਵਾਂਗੂ ਹੁਕਮਨਾਮੇ ਜਾਰੀ ਕੀਤੇ ਔਰ ਆ ਤੁਹਾਡੇ ਸਾਹਮਣੇ ਹੈ ਕਿ ਇਸ ਤਰ੍ਹਾਂ ਜਿਹੜੇ ਤਿੰਨੋਂ ਕਾਲੇ ਕਾਨੂੰਨ ਸੀ ਇਹਨਾਂ ਦੇ ਹੱਕ ਵਿੱਚ ਬਿਆਨ ਦੇ ਕੇ ਵੱਡੇ ਬਾਦਲ ਸਾਹਿਬ ਨੇ ਸੁਖਵੀਰ ਨੇ ਹਰ ਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹਿੱਤਾਂ ਨੂੰ ਦਾਤੇ ਲਾਇਆ ਵੇਚਿਆ ਇਹ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਸਾਡੀ ਪਾਰਟੀ ਹੋਂ ਦੇ ਵਿੱਚ ਆਈ ਹੈ ਔਰ ਵੱਡੇ ਪੱਧਰ ਤੇ ਉੱਤੇ ਸਾਡੇ ਨਾਲ ਪੰਜਾਬ ਦੇ ਗੁਰੂ ਨਾਨਕ ਨਾਮ ਲੇਵਾ ਵੱਡੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਆਗੂ ਸਹਿਬਾਨ ਤੇ ਬਹੁਤ ਵੱਡੀਆਂ ਸ਼ਕਤੀਤਾ ਸਿੰਘ ਸਾਹਿਬ ਰਣਜੀਤ ਸਿੰਘ ਸਾਹਿਬ ਕਾ ਐਮ ਐਲ ਏ ਸਾਹਿਬ ਕਾ ਐਮ ਪੀ ਵੱਡੇ ਪੱਧਰ ਤੇ ਸਦਾ ਸਿਖਦੇਸ਼ ਸਿੰਘ ਸਾਹਿਬ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਇੱਕ ਨਵੇਂ ਪੰਜਾਬ ਦੀ ਸਿਰਜਣਾ ਲਈ ਤੇ ਸ਼੍ਰੋਮਣੀ ਅਕਾਲੀ ਦਲ ਸਹੀ ਮਹਨਿਆ ਵਿੱਚ ਸਿਧਾਂਤਾਂ ਵਾਲਾ ਸ਼੍ਰੋਮਣੀ ਅਕਾਲੀ ਦਰ ਬਣਾਉਣ ਲਈ ਵੱਡੇ ਪੱਧਰ ਤੇ ਸਹਿਯੋਗ ਦੇ ਰਹੇ ਨੇ ਜੇ ਖੇਤੀ ਕਾਨੂੰਨਾਂ ਦੀ ਗੱਲ ਕਰੀਏ ਬਾਦਲ ਪਰਿਵਾਰ ਨੇ ਗੁੰਮਰਾਹ ਕੀਤਾ ਲੋਕਾਂ ਨੂੰ ਕਿਸਾਨਾਂ ਨੂੰ ਪਹਿਲਾਂ ਨਹੀਂ ਇਹ ਤਾਂ ਦੇਖੋ ਇਤਿਹਾਸ ਵਿੱਚ ਆਏਗਾ ਇਹ ਤਾਂ ਮੇਰੇ ਕਹਿਣ ਦੀ ਗੱਲ ਨਹੀਂ ਇਹ ਤਾਂ ਹੁਣ YouTube ਦੇ ਉੱਤੇ ਜਿਹੜੇ ਉਹਨਾਂ ਦੇ ਬਿਆਨ ਨੇ ਉਹ ਰਿਕਾਰਡ ਹੋ ਗਏ ਇਹ ਤਾਂ ਕੋਈ ਮੈਂ ਨਹੀਂ ਕਹਿੰਦਾ ਸਾਡੀ ਕੋਈ ਨਿੱਜੀ ਨਹੀਂ ਲੜਾਈ ਬਾਦਲ ਪਰਿਵਾਰ ਨਾਲ ਇਹ ਤਾਂ ਦੁਨੀਆ ਦਾ ਨਾਮ ਲਿਆ ਬੱਚਾ-ਬੱਚਾ ਕਹਿੰਦਾ ਕਿ ਕਿਸ ਤਰ੍ਹਾਂ ਇਹ ਉਹ ਕਿਸਾਨ ਹਿੱਤਾਂ ਦੀ ਕਾਹਨ ਵਾਲੀ ਪਾਰਟੀ ਕਿਸਾਨਾਂ ਦੀ ਮਾਂ ਕਾਹਨ ਵਾਲੀ ਪਾਰਟੀ ਗੁਰੂ ਨਾਨਕ ਨਾਮ ਦੇਵ ਦੇ ਸਿਧਾਂਤਾਂ ਵਾਲੀ ਪਾਰਟੀ ਜਿਹੜੀ ਗੁਰੂ ਨਾਨਕ ਨਾਮ ਦੇ ਨੋਂ ਤੇ ਬਣੀ ਪਾਰਟੀ ਉਹ ਗੁਰੂ ਨਾਨਕ ਨਾਮ ਦੇ ਗੁਰੂ ਨਾਨਕ ਦੇ ਮਹਾਰਾਜ ਦੀ ਜਿਹੜੀ ਉਹਨਾਂ ਨੇ ਧਰਤੀ ਮਾਤਾ ਕਿਹਾ ਤੇ ਖੇਤੀ ਨੂੰ ਸੱਚੀ ਕਿਰਤ ਕਿਹਾ ਉਸ ਕਿਰਤ ਦੇ ਨਾਲ ਨਰਿੰਦਰ ਮੋਦੀ ਨੇ ਕੁਝ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਉਹ ਕਾਲੇ ਕਾਨੂੰਨ ਬਣਾਏ ਉਹ ਪਾਰਟੀ ਜਿਹੜੀ ਉਹ ਗੁਰਨਾਨਕ ਨਾਮ ਦੇ ਸਿਧਾਂਤ ਤੇ ਚੱਲਣ ਉਸਨੇ ਮੋਦੀ ਨਾਲ ਰਲ ਕੇ ਉਹਨੂੰ ਗਦਾਰੀ ਉਸ ਨਾਲ ਉਹ ਗਦਾਰੀ ਕਰਕੇ ਆਪਣੀ ਕੁਰਸੀ ਬਚਾਉਣ ਦੇ ਲਈ ਪਹਿਲਾਂ ਕੈਬਨਿਟ ਵਿੱਚ ਨਹੀਂ ਬੋਲੇ ਚਲੋ ਉਸ ਤੋਂ ਬਾਅਦ ਤਿੰਨੋਂ ਸ਼੍ਰੋਮਣੀ ਕਾਲੀਦਾ ਦਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੇ ਹਰਸਿੰਦਰ ਪੌਰ ਬਾਦਲ ਨੇ ਕਿਸਾਨਾਂ ਦੇ ਬਿਲਾ ਵਿੱਚ ਹੱਕ ਵਿੱਚ ਬਿਆਨ ਦੇ ਕੇ ਕਿ ਕਿਸਾਨ ਹਤੈਸੀ ਨੇ ਤੇ ਲੋਕਾਂ ਦੇ ਡਰ ਤੋਂ ਜਦੋਂ ਬਾਦਲ ਪਿੰਡ ਘੇਰ ਲਿਆ ਕਿਸਾਨ ਯੂਨੀਅਨਾਂ ਨੇ ਫਿਰ ਲੋਕਾਂ ਦੇ ਰੋਹ ਤੋਂ ਡਰਦੇ ਹੋਏ ਫਿਰ ਯੂ ਟਰਨ ਲਿਆ ਕਿ ਸਾਡੀ ਪੁੱਛਿਆ ਨਹੀਂ ਗਿਆ ਵੀ ਜੇ ਤੁਹਾਨੂੰ ਪੁੱਛਿਆ ਨਹੀਂ ਗਿਆ ਫਿਰ ਤੁਸੀਂ ਹਮਾਇਤ ਕਿਉਂ ਕੀਤੀ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਮਾਇਆਤਾਰੀ ਨੇ ਉਹ ਉਹਨਾਂ ਦੇ ਲੂਪੋਲ ਸੈਂਟਰ ਸਰਕਾਰ ਕੋਲੇ ਨੇ ਉਹ ਮਤਲਬ ਡਰੇ ਹੋਏ ਨੇ ਕਿਉਂਕਿ ਲਾਲਚੀ ਨੇ ਖੁਦਗਰਜ਼ੀ ਨੇ ਇਹ ਸਾਰੇ ਪੰਜਾਬ ਦੇ ਲੋਕਾਂ ਦੇ ਬੱਚੇ-ਬੱਚੇ ਦੇ ਜ਼ਬਾਨ ਤੇ ਆ ਗਿਆ ਕਿ ਬਾਦਲ ਬਾਦਲ ਇਹ ਆਪਣੀ ਹੋਂਦ ਦੀ ਲੜਾਈ ਲੜ ਰਹੇ ਨੇ ਕੋਈ ਇਹਨਾਂ ਦੀ 2022 ਦੀ ਚੋਣ ਦੀ ਲੜਾਈ ਨਹੀਂ ਜਿਹੜੀਆਂ 14 17 ਪਿਛਲੀ ਵਾਰੀਆਂ ਆਈਆਂ ਨੇ ਉਹ ਚਾਰ ਵੀ ਨਹੀਂ ਆਉਣੀ ਇਹਨਾਂ ਦੀ ਅੱਜ ਬੱਚਾ ਬੱਚਾ ਕਹਿ ਰਿਹਾ ਹੈ ਉਸੀਂ ਮੈਂ ਨਹੀਂ ਕਹਿੰਦਾ ਬੱਚਾ-ਬੱਚਾ ਕਹਿ ਰਿਹਾ ਵੀ ਸੁਖਵੀਰ ਬਾਦਲ ਦੀ ਪੰਜਾਬ ਦੇ ਵਿੱਚ ਕੋਈ ਵੀ ਗੱਲ ਨਹੀਂ ਕੋਈ ਕੁਝ ਲੋਕਾਂ ਨੂੰ ਲੈ ਕੇ ਲਾਲਚ ਦੇ ਕੇ ਉਹਦੇ ਉਹਦੇ ਨਾਲ ਲਾਲਚ ਦੇ ਕੇ ਮਾੜੇ-ਮੋٹے ਲਾਲਚੀ ਪੈਸੇ ਨਾਲ ਘੱਟ-ਕੁੱਟ ਕਰਕੇ ਆਪਦੀ ਜਥੇਬੰਦੀ ਹੋਣ ਹੋਣ ਬਚਾਉਣ ਦੀ ਲੜਾਈ ਲੜ ਰਿਹਾ ਮੈਂ ਮਹਿਸੂਸ ਕਰਦਾ ਆਉਣ ਵਾਲੇ ਸਮੇਂ ਵਿੱਚ ਅਸੀਂ ਅਕਾਲੀ ਦਲ ਨੂੰ ਉਹਦੇ ਸਿਧਾਂਤਾਂ ਤੇ ਲੈਉਣ ਲਈ ਲੋਕ ਸਾਡੇ ਨਾਲ ਜੁੜ ਰਹੇ ਨੇ ਬਾਦਲ ਪਰਿਵਾਰ ਕਹਿ ਰਿਹਾ ਕਿ ਅਸੀਂ ਛੋਟੀ ਜੀ ਕੁਰਸੀ ਨੂੰ ਕੋਈ ਲੱਤ ਨਹੀਂ ਮਾਰ ਸਕਦਾ ਅਸੀਂ ਬਹੁਤ ਵੱਡੀ ਕੁਰਸੀ ਨੂੰ ਲੱਤ ਮਾਰੀ ਕਿਸਾਨਾਂ ਕਰਕੇ ਕਿਸਾਨਾਂ ਦੇ ਹਿੱਤੈਸ਼ੀ ਆ ਸਾਡੀ ਪਾਰਟੀ ਅਸੀਂ ਕਿਸਾਨਾਂ ਦੇ ਨਾਲ ਨੇ ਦੇਖੋ ਲੱਤ ਦਾ ਬਿਲਕੁਲ ਮੰਨ ਲੈਂਦੇ ਕਿ ਕਿ ਨੂੰ ਕੁਨ ਲਾਗੇ ਗੁਸ਼ੀਦ ਨਹੀਂ ਨਾ ਮਰਦਾ ਫਿਰ ਪੰਜਾਬੀ ਇਹਦਾ ਬਾਲ ਦੀ ਖਲ ਲਾਉਂਦੇ ਨੇ ਗੁਰੂ ਨਾਨਕ ਦੇ ਮਹਾਰਾਜ ਤੇ ਰਾਜਗੁਰੂ ਸ਼ਹੀਦ ਭਗਤ ਸਿੰਘ ਦੇ ਬਾਰਸ ਨੇ ਇਹਨਾਂ ਨੂੰ ਤੁਸੀਂ ਝੂਠ ਬੋਲ ਕੇ ਗਮਰਾਹ ਕਰ ਲੋਗੇ ਇਸ ਸਟੇਜ ਦੇ ਉੱਤੇ ਸੱਚ ਤਾਂ ਸਾਹਮਣੇ ਆ ਜੇ ਤੁਸੀਂ ਕੁਰਸੀ ਛੱਡਣੀ ਸੀ ਤੁਹਾਨੂੰ ਤਾਂ 6 ਮਹੀਨੇ ਪਹਿਲਾਂ ਪਤਾ ਸੀ ਕਿ ਬਿਲ ਆ ਰਹੇ ਨੇ ਤੇ 6 ਮਹੀਨੇ ਪਹਿਲਾਂ ਅਸਤੀਫਾ ਦੇ ਦਿੰਦੇ ਇਹ ਆਬਦੇ ਡਰੇ ਹੋਏ ਨੇ ਕਦੇ ਕੋਈ ਝੂਠ ਬੋਲਦੇ ਨੇ ਕਦੇ ਕੁਛ ਬੋਲਦੇ ਨੇ ਸੋ ਇਸ ਕਰਕੇ ਇਹਨਾਂ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਇਹਨਾਂ ਨੂੰ ਆਬਦੇ ਅਜੇ ਵੀ ਘਰੇ ਬੈਠੇ ਜਾਣਾ ਚਾਹੀਦਾ ਅਸਤੀਫਾ ਦੇ ਕੇ ਤਾਂ ਕਿ ਕੋਈ ਵਧੀਆ ਸੰਗਤ ਦੇ ਵਿੱਚੋਂ ਅਸੀਂ ਕੋਈ ਅਸੀਂ ਤਾਂ ਕੋਈ ਨਹੀਂ ਕਹਿੰਦੇ ਸਦਾ ਸਿੰਘ ਦੇਸਨ ਢੀਂਡਸਾ ਅਸਤੀਫਾ ਦੇ ਦਨ ਛੱਡ ਦਨ ਖਾਲਸਾ ਪੰਥ ਇਕੱਠਾ ਹੋ ਕੇ ਜਿਹੜੀ ਹੈ ਕੋਈ ਵਧੀਆ ਅਗਵਾਈ ਜਿਹੜੀ ਅਕਾਲੀ ਦਲ ਦੀ ਹੈ ਉਹ ਢੀਂਡਸਾ ਸਾਹਿਬ ਸਾਰੇ ਅਸੀਂ ਇਕੱਠੇ ਹੋ ਕੇ ਕਰਨ ਨੂੰ ਤਿਆਰ ਆਡਰਾਂ ਤੇ ਕਿਸਾਨ ਡਟੇ ਹੋਏ ਨੇ ਪੂਰੇ ਕਿਵੇਂ ਦੇਖਦੇ ਹੋ ਤੁਸੀਂ ਕੇਂਦਰ ਸਰਕਾਰ ਉੱਥੀ ਆ ਹਜੇ ਕਿ ਸੋਧਾਂ ਕਰਨ ਨੂੰ ਤਿਆਰ ਨਹੀਂ ਹੁੰਦੇ ਖੇਤੀ ਕਾਨੂੰਨਾਂ ਰੱਦ ਕਿਵੇਂ ਦੇਖਦੇ ਹੋ ਨਹੀਂ ਮੈਂ ਬੇਨਤੀ ਇਹ ਕਰਨੀ ਚਾਹਣਾ ਵੀ ਜੇ ਤੁਹਾਨੂੰ ਪਤਾ ਹੈ ਤੁਸੀਂ ਸਾਰੀਆਂ ਸੋਧਾਂ ਕਰਨ ਲਈ ਤਿਆਰ ਹੋ ਫਿਰ ਤੁਸੀਂ ਰੱਦ ਕਿਉਂ ਨਹੀਂ ਕਰਦੇ ਕਿਉਂ ਆਮਾਨੀ ਤੇ ਅਡਾਨੀ ਨਾਰਾਜ਼ ਹੋਣਗੇ ਜਿਨ੍ਹਾਂ ਤੋਂ ਪੈਸਾ ਲਿਆ ਇਸ ਲਈ ਮੈਂ ਮਹਿਸੂਸ ਇਹ ਕਰਦਾ ਕਿ ਜਿਹੜਾ ਕਿਸਾਨ ਅੰਦੋਲਨ ਹੈ ਇਹ ਦੁਰਿਆ ਵਿਸ਼ਵਪਰਦ ਅੰਦੋਲਨ ਬਣ ਗਿਆ ਇਹ ਇੱਕ ਹਿਸਟਰੀ ਲਿਖੀ ਗਈ ਇੰਨਾ ਲੰਮਾ ਅੰਦੋਲਨ ਇੰਨਾ ਸ਼ਾਂਤਮਈ ਅੰਦੋਲਨ ਅੱਜ ਤੱਕ ਨਹੀਂ ਚੱਲਿਆ ਔਰ ਦੂਜੇ ਭਾਰਤੀ ਜਨਤਾ ਪਾਰਟੀ ਨੇ ਜਿਵੇਂ ਕੋਝੀਆਂ ਸਾਜ਼ਸਾਂ ਰਚ ਕੇ ਇਸ ਅੰਦੋਲਨ ਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਮੈਂ ਵਧਾਈ ਦਿੰਦਾ ਕਿਸਾਨ ਯੂਨੀਅਨ ਦੇ ਆਗੂ ਸਹਿਬਾਨਾਂ ਨੂੰ ਕਿ ਜਿਨ੍ਹਾਂ ਨੇ ਬਹੁਤ ਸਿਆਣਪ ਦੇ ਨਾਲ ਸੱਚੀ ਸੁੱਚੀ ਗਵਾਈ ਹੈ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦਾ ਯੂਥ ਹੈ ਜਿਹੜਾ ਕਿੱਡੇ-ਕੱਡੇ ਇਕੱਠ ਹੋ ਰਹੇ ਨੇ ਹਿੰਦੁਸਤਾਨ ਵਿੱਚ ਅੱਜ ਮੈਂ ਮਹਿਸੂਸ ਕਰਦਾ ਹਾਂ ਕਿ ਕਿਸਾਨ ਅੰਦੋਲਨ ਮੋਦੀ ਦੇ ਗਲੇ ਦੀ ਹੱਡੀ ਹੈ ਇਹ আর ਉਹਨਾਂ ਨੂੰ ਤਰੇਲੀਆਂ ਆਈਆਂ ਪਈਆਂ ਨੇ ਬੀਜੇਪੀ ਨੂੰ ਉਹਨਾਂ ਨੂੰ ਮੈਂ ਮਹਿਸੂਸ ਕਰਦਾ ਅਸੀਂ ਵੱਡੇ ਕਿਸਾਨ ਮੋਰਚਾ ਜਿਹੜਾ ਸਫਲਤਾ ਨਾਲ ਲੰਮਾ ਕੀ ਅਸੀਂ ਤੇ ਤਿੰਨ ਤਿੰਨ 30-30 ਸਾਲ ਨਹੀਂ ਭੁੱਲਦੇ ਇਹ ਤਿੰਨ ਸਾਲ ਕੀ ਅਸੀਂ ਤੇ ਜਿੰਨੀ ਦੇਰ ਮਰਜ਼ੀ ਬੈਠਣਾ ਪਵੇ ਪੰਜਾਬ ਨੂੰ ਕਿਉਂਕਿ ਪੰਜਾਬ ਦੇ ਅਗਵਾਈ ਕਰ ਰਿਹਾ ਪੰਜਾਬ ਦਾ ਕਿਸਾਨ ਪੰਜਾਬ ਦੇ ਆਗੂ ਗਵਾਈ ਕਰ ਰਹੇ ਨੇ ਸਾਨੂੰ ਮਾਲ ਮਿਲਿਆ ਤੇ ਸਾਡੇ ਲਈ ਸਾਡੇ ਤੇ ਸਾਰੀ ਦੁਨੀਆ ਨੇ ਸਿਰ ਤੇ ਹੱਥ ਰੱਖਿਆ ਸਾਡੇ ਦੇ ਪੰਜਾਬੀਆਂ ਦੇ ਸਿਰ ਤੇ ਵੱਡਾ ਵੱਡਾ ਹੱਥ ਹੈ ਅਸ਼ੀਰਵਾਦ ਹੈ ਸੋ ਮੈਂ ਇਸ ਦੇਸ਼-ਵਿਦੇਸ਼ ਦੇ ਗੋਰਿਆਂ ਦਾ ਕਾਲਿਆਂ ਦਾ ਆਰਟਿਸਟਾਂ ਦਾ ਗੋਰੇ ਜਿਹੜੇ गा ਰਹੇ ਨੇ ਐਡੇ ਵੱਡੇ ਉਹ ਇਸ ਕਨਸਾਨ ਅੰਦੋਲਨ ਨਾਲ ਜੁੜ ਰਹੇ ਨੇ ਇਹ ਤਾਂ ਇੱਕ ਆਤਮਾਨ ਦਾ ਅੰਦੋਲਨ ਬਣ ਗਿਆ ਕਿਸੇ ਸਮੇਂ ਕਿਹਾ ਜਾਂਦਾ ਸੀ ਖੇਤੀ ਮੰਤਰੀ ਤੋਮਰ ਨੇ ਵੀ ਕਿਹਾ ਸੀ ਕਿ ਪਾਣੀ ਨਹੀਂ ਮਿਲਣਾ ਇੱਥੇ ਤਾਂ ਹੁਣ ਬਹੁਤ ਉੱਥੇ ਲੰਗਰ ਲੱਗੇ ਹੋਏ ਨੇ ਪਾਣੀ ਦੀ ਘਾਟ ਨਹੀਂ ਹੈਗੀ ਕਿਵੇਂ ਲੱਗਦਾ ਤੁਹਾਨੂੰ ਇੱਕ ਜਿਵੇਂ ਤੁਸੀਂ ਵੀ ਗੱਲ ਕਰਿਆ ਐਨਆਰਆਈ ਭਰਾਵਾਂ ਦਾ ਵੱਡਾ ਸਹਿਯੋਗ ਆ ਹੋਰ ਜਥੇਬੰਦਕ ਸਮਾਜ ਸੇਵਕ ਨੇ ਜਿਹੜੇ ਪਹੁੰਚ ਰਹੇ ਨੇ ਮੈਂ ਬੇਨਤੀ ਕਰਦਾ ਕਿ ਗੁਰੂ ਨਾਨਕ ਨਾਮ ਲੈ ਦੇਖੋ ਰੰਗ ਜੇਵ ਹੈ ਜਿਹੜਾ ਰੰਗਜੀਤ ਦੀ ਮੜੀ ਤੇ ਕੋਈ ਦੀਵਾ ਲਾਉਂ ਨਹੀਂ ਜਾਂਦਾ ਇੱਕ ਰੰਗਜੀਤ ਵੀ ਸੋਚ ਹੈ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚੰਡੇ ਸਾਰੀ ਦੁਨੀਆ ਵਿੱਚ ਝੂਲਦੇ ਨੇ ਜਿਹੜੇ ਰੰਗਜੀਤ ਦੀ ਸੋਚ ਰੱਖਣ ਵਾਲੇ ਨੇ ਮੈਂ ਇੱਕ ਦੇਖ ਰਿਹਾ ਸੀ ਸੋਸ਼ਲ ਮੀਡੀਆ ਉੱਤੇ YouTube ਇੱਕ ਸਾਡੇ ਗੁਰਸਿੱਖ ਬੰਦੇ ਨੇ ਇੰਗਲੈਂਡ ਤੋਂ ਇੱਕ ਉਹ ਪਾਈ ਕਲਿੱਪ ਉਹ ਕਹਿਣ ਲੱਗਾ ਉਹ ਮੋਦੀ ਤੂੰ ਕੀ ਸਮਝਦਾ ਮੈਂ ਕੱਲਾ 100 ਪਿੰਡ ਅਡੌਪਟ ਕਰੂੰਗਾ ਪੰਜਾਬ ਦੇ ਸਾਡੇ ਗੁਰਸਿੱਖਾਂ ਤੇ ਏਡੀ ਵੱਡੀ ਕਿਰਪਾ ਇਕੱਲੇ ਇਕੱਲੇ ਏਡੇ ਏਡੇ ਉਹਨਾਂ ਦੇ ਕਾਰੋਬਾਰ ਨੇ ਏਡੀਆਂ ਵੱਡੀਆਂ ਧੂਮਾਂ ਨੇ ਗੁਰੂ ਨਾਨਕ ਨਾਮ ਲਏ ਬਾਦਿਆਂ ਕਿੰਨੇ ਸਾਡੇ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜੇ ਸਿਧਾਂਤ ਦਾ ਪ੍ਰਚਾਰ ਕਰਦੇ ਨੇ ਅੱਜ ਤਾਂ ਸਾਡੇ ਖਾਲਸੇ ਦੇ ਝੰਡੇ ਦੁਨੀਆ ਦੇਸ਼ਾਂ-ਵਦੇਸ਼ਾਂ ਵਿੱਚ ਝੂਲ ਰਹੇ ਨੇ ਸਾਰ ਇਹ ਤਾਂ ਕੋਈ ਗੱਲੇ ਨਹੀਂ ਇਹ ਤਾਂ ਇਹ ਤਾਂ ਬਹੁਤ ਛੋਟੀ ਗੱਲ ਹੈ ਇਹ ਕੇਂਦਰ ਸਰਕਾਰ ਨੂੰ ਝੁਕਣਾ ਪਊਗਾ ਮੈਂ ਜੇ ਵੀ ਕਹਿਣਾ ਅਜੇ ਡੁੱਲੇ ਮੇਰਾ ਦਾ ਕੁਝ ਨਹੀਂ ਵਿਗੜਿਆ ਉਹਨਾਂ ਨੂੰ ਤਿੰਨੇ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਨੇ ਤੇਲੇ ਕਾਲੇ ਕਾਨੂੰਨ ਰੱਦ ਕਰਕੇ ਦੇਸ਼ ਵਿੱਚ ਸ਼ਾਂਤੀ ਹੋਵੇ ਇਹ ਜਿਹੜਾ ਡਿਕਟੇਟਰਸ਼ਿਪ ਵਾਲਾ ਸਾਰੇ ਲੋਕ ਡੈਮੋਕ੍ਰੈਟਿਕ ਲੋਕ ਨੇ ਜਿਹੜੇ ਸਾਰੇ ਸਾਂਝੀ ਸੋਚ ਵਾਲੇ ਲੋਕ ਨੇ ਹਿੰਦੁਸਤਾਨ ਦੀ ਜਿਹੜੀ ਮੂਵਮੈਂਟ ਬਣ ਰਹੀ ਹੈ ਇਹ ਨਰਿੰਦਰ ਮੋਦੀ ਨੂੰ ਆਉਣ ਵਾਲੇ ਸਮੇਂ ਵਿੱਚ ਗੱਦੀ ਤੋਂ ਲਾ ਕੇ ਹਿੱਸਾ ਲੈਣਗੇ ਸਾਰੇ ਪ੍ਰਧਾਨ ਜੀ ਜਨਨਿਕ ਇਹੀ ਮੰਨਿਏ ਵੀ ਜੇ ਸਰਕਾਰ ਸੋਚ ਰਹੀ ਹੋ ਵੀ ਜਿੰਨਾ ਲੰਮਾ ਚੱਲੂ ਹੋ ਸਕਦਾ ਇੱਥੇ ਲੰਗਰ ਖਤਮ ਹੋ ਜਾਣ ਜਾਂ ਇੱਥੇ ਪਾਣੀ ਖਤਮ ਹੋ ਜੇ ਜਾਂ ਉਹ ਹੋ ਜੇ ਵੀ ਉਹ ਗੱਲ ਨਹੀਂ ਹੋਣੀ ਇਹ ਤਾਂ ਲੰਘ ਉਹ ਸਟੇਜ ਤਾਂ ਲੰਘੀ ਉਹ ਤਾਂ ਲੰਘੀ ਹੁਣ ਤਾਂ ਉਹ ਤਾਂ ਸਟੇਜ ਜਾਂ ਲੰਘੀ ਆ ਉਹ ਤਾਂ ਸਾਰਾ ਕੁਝ ਲੰਘ ਗਿਆ ਸਾਰੇ ਜਿਹੜੇ ਉਹਨਾਂ ਦੀਆਂ ਚਾਲਾਂ ਸੀ ਉਹਨਾਂ ਨੂੰ ਤਾਂ ਸਫਲ ਹੋਣ ਨਹੀਂ ਦਿੱਤਾ ਹੁਣ ਤੇ ਅਸੀਂ ਅੱਗੇ ਨੂੰ ਵਧਨੇ ਆ ਮੈਂ ਕਹਣਾ ਅੱਜ ਜੇ ਉਥੇ ਕੋਈ ਕਹਿਣ ਜੇ ਇਹ ਕਹਿਣ ਵੀ 1 ਕਰੋੜ ਬੰਦਾ ਅੱਜ ਹੀ ਆਉਣਾ ਚਾਹੀਦਾ ਤੇ ਮੈਂ ਸਮਝਦਾ ਅੱਜ ਹੀ 1 ਕਰੋੜ ਬੰਦਾ ਦਿੱਲੀ ਆ ਜਾਊਗਾ ਐਡੀ ਵੱਡੀ ਮੂਵਮੈਂਟ ਬਣੀ ਹੋਈ ਹੈ ਸੇ ਗੁਰੂ ਨਾਨਕ ਦੇਵ ਮਹਾਰਾਜ ਆਪ ਵਰਤ ਰਹੇ ਨੇ ਕਿਉਂ ਗੁਰੂ ਮਾਤਾ ਉਹ ਚ ਸੱਚੀ ਕਿਰਤ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਕੀਤੀ ਧਰਤੀ ਮਾਤਾ ਉੱਤਮ ਖੇਤੀ ਹੈ ਇਹ ਸੱਚੀ ਸੂਚੀ ਕਿਰਤ ਹੈ ਇਹ ਹਿੰਦੁਸਤਾਨ ਦੇ ਕਿਸਾਨਾਂ ਦੀਆਂ ਦੇ ਨੂੰ ਸਾਰਿਆਂ ਨੂੰ ਗਿਰਮੀ ਰੱਖਿਆ ਸੀ ਨਰਿੰਦਰ ਮੋਦੀ ਨੇ ਇਹ ਸਾਡੀ ਅਣਖ ਤੇ ਗੈਰਤ ਹੈ ਅਸੀਂ ਸਾਰੀਆਂ ਅਗਵਾਈਆਂ ਅਸੀਂ ਕਿਸੇ ਨਾਲ ਜਾਤੀ ਨਹੀਂ ਲੜਾਈ ਲੜਦੇ ਸਾਡੀ ਚਾਹੇ ਕਿਸੇ ਨਾਲ ਵੀ ਅਸੀਂ ਪੰਜਾਬ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਲੈ ਕੇ ਗੁਰੂਆਂ ਪੀਰਾਂ ਫਕੀਰਾਂ ਦੇ ਸਿਧਾਂਤ ਤੇ ਚੱਲਣ ਵਾਲੀਆਂ ਸਾਡੀ ਜਾਤੀ ਜਮਾਤੀ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਅਸੀਂ ਗੁਰੂ ਨਾ ਕਿਸੇ ਨੂੰ ਡਰਾਈਏ ਅਸੀਂ ਜ਼ੁਲਮ ਦੇ ਖਿਲਾਫ ਸਾਡੀ ਲੜਾਈ ਹੈ ਪੰਜਾਬ 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 ਵਾਸੀਆਂ ਦੀ ਉਹ ਲੜਾਈ ਨੂੰ ਅਸੀਂ ਜੇਤੂ ਹੋ ਕੇ ਨਿਕਲਾਂਗੇ ਤੇ ਖਾਲਸੇ ਦੇ ਪੰਜਾਬੀਆਂ ਦੇ ਝੰਡੇ ਦੇਸ਼ਾਂ ਵਿਦੇਸ਼ਾਂ ਵਿੱਚ ਜਿਵੇਂ ਪਹਿਲਾਂ ਝੂਲਦੇ ਨੇ ਇਹ ਅੰਦੋਲਨ ਜਿੱਤ ਕੇ ਉਦੋਂ ਬਾਅਦ ਝੁਲਣਗੇ ਠੀਕ ਹੈ ਢੀਂਡਸਾ ਸਾਹਿਬ ਦਾ ਕੀ ਰੋਲ ਆ ਕੀ ਰੋਲ ਨਿਭਾ ਰਹੇ ਨੇ ਇਹ ਕਿਸਾਨੀ ਸੰਘਰਸ਼ 'ਚ ਨਹੀਂ ਢੀਂਡਸਾ ਸਾਹਿਬ ਦਾ ਰੋਲ ਇਹ ਹੈ ਕਿ ਨੰਬਰ 1 ਤੇ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਸਾਨੂੰ ਸਭ ਤੋਂ ਪਹਿਲਾਂ ਸਰਦਾਰ ਸਖਦੇਵ ਸਿੰਘ ਢੀਂਸਾ ਸਾਹਿਬ ਨੇ ਚਿੱਠੀ ਲਿਖੀ ਪੂਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਜਿਹੜੇ ਤਿੰਨੇ ਕਾਨੂੰਨ ਉਹਨਾਂ ਨੇ ਕਹੇ ਜਿਹੜਾ ਕਾਨੂੰਨ ਉੱਥੇ 370 ਲਾਈ ਆਪਣੇ ਉਹਦੇ ਉੱਤੇ ਹੀ ਪਰਮੇਂਦਰ ਦਾ ਬਿਆਨ ਤੁਸੀਂ ਪੜ੍ਹ ਲਓ ਉਹ ਇਹ ਇਹ ਅਕਾਲੀ ਦਲ ਨਹੀਂ ਉਹ ਤਾਂ ਬੋਲਿਆ ਕਿਉਂਕਿ ਵੱਧ ਜਿਹੜਾ ਡੈਮੋਕਰੈਟਿਕ ਸਿਸਟਮ ਹੈ ਫੈਡਰਲ ਸਿਸਟਮ ਮੋਦੀ ਦਾ ਕਦੋਂ ਦਾ ਖਤਮ ਕਰਤੇ ਲੱਗਿਆ ਹੋਇਆ ਸੋ ਇਹ ਉਹਨਾਂ ਦੇ ਅਸੀਂ ਡੈਮੋਕਰੈਟਿਕ ਸਿਸਟਮ ਨੂੰ ਬਹਾਲ ਕਰ ਲਈ ਜੋ ਕਾਲੀ ਦਲ ਦੇ ਸਿਧਾਂਤ ਨੇ ਉਸ ਨੂੰ ਬਹਾਲ ਕਰਨ ਦੀ ਸਾਡੀ ਲੜਾਈ ਹੈ ਜਿਹੜੀ ਉਹ ਅਸੀਂ ਸਾਰਾ ਸਾਡਾ ਕੱਲਾ ਕੱਲਾ ਵਰਕਰ ਸਰਦਾਰ ਪਰਮਿੰਦਰ ਸਿੰਘ ਢੀਂਸਾ ਉਥੇ ਨਮਨੀਤ ਸਿੰਘ ਦੇ ਪਰਿਵਾਰ ਦਾ ਜਿਹੜਾ ਪ੍ਰੋਗਰਾਮ ਸੀ ਉਥੇ ਗਏ ਉਹ ਪਰਿਵਾਰ ਨੇ ਬੁਲਾਇਆ ਉਰੇ ਨਮਨੀਤ ਸਿੰਘ ਜਦੋਂ ਮਸਤੂਣਾ ਸਾਹਿਬ ਆਏ ਉਹ ਸਾਰਾ ਪ੍ਰੋਗਰਾਮ ਜੋ ਸਾਂਝਾ ਸੀ ਉਹ ਅਸੀਂ ਉਹ ਉਥੇ ਦਿੱਲੀ ਮੋਰਚੇ ਵਿੱਚ ਪਰਮਿੰਦਰ ਸਿੰਘ ਢੀਂਸਾ ਸਾਹਿਬ ਬੋਲ ਕੇ ਆਏ ਨੇ ਅਸੀਂ ਸਾਰੇ ਉਹ ਸਾਡਾ ਸਾਰਿਆਂ ਦਾ ਉਹ ਸਾਡੇ ਨੰਬਰ 1 ਤੇ ਕਿਸਾਨ ਮੋਰਚੇ ਦੀ ਸਫਲਤਾ ਹੈ ਅਸੀਂ ਜਿੱਥੇ ਵੀ ਕੋਈ ਪ੍ਰੋਗਰਾਮ ਕਰਨਾ ਘਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਡੈਮੋਕ੍ਰੇਟਿਕ ਦਾ ਮੇਰਾ ਬੇਨਤੀ ਹੈ ਸਾਰਿਆਂ ਨੂੰ ਕਿ ਇੱਕ ਵਰਕਰ ਵੀ ਇਕੱਠਾ ਹੁੰਦਾ ਦੋ ਹੁੰਦੇ ਨੇ ਕਿਤੇ ਵੀ ਕੋਈ ਮੀਟਿੰਗ ਹੁੰਦੀ ਹੈ ਉੱਥੇ ਸਭ ਤੋਂ ਪਹਿਲਾਂ ਕਿਸਾਨ ਮੋਰਚੇ ਦੀ ਸਫਲਤਾ ਲਈ ਅਰਦਾਸ ਕੀਤੀ ਜਾਵੇ ਅੱਜ ਵੀ ਤੁਸੀਂ ਅਰਦਾਸ ਕਰਵਾਈਏ ਇੱਥੇ ਹਾਂ ਬਿਲਕੁਲ ਸਾਡੀ ਅਸੀਂ ਜਿੰਨੋ ਜੋ ਸਰਕਲਾਂ ਦੀਆਂ ਚੋਣਾਂ ਕਰਦੇ ਹਾਂ ਉੱਥੇ ਕਿਸਾਨ ਮੋਰਚੇ ਦੀ ਸਫਲਤਾ ਲਈ ਨੰਬਰ 1 ਤੇ ਅਦਾਸ ਜੋ ਸਾਡੇ ਸ਼ਹੀਦ 282 ਪਰਿਵਾਰ ਹੋਏ ਨੇ 282 ਪਰਵਾਰਾਂ ਦੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਸੋ ਇਹ ਹਨ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਗੁਰਵਚਨ ਸਿੰਘ ਬਚੀ ਜਿਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਸਟੈਂਡ ਪੂਰਾ ਕਿਸਾਨਾਂ ਨਾਲ ਆ ਅਸੀਂ ਅਰਦਾਸ ਕਰਵਾਈ ਹੈ ਇਹਨਾਂ ਨੇ ਅਰਦਾਸ ਕਰਵਾਈ ਅੱਜ ਪਾਰਟੀ ਵੱਲੋਂ ਕਿ ਜਿੰਨੇ ਵੀ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਲਈ ਸੋ ਪਹੁੰਚੇ ਨੇ ਪਵਾਨੀਗੜ੍ਹ ਇੱਥੇ ਅਰਦਾਸ ਕਰਵਾਈਆ ਸੋ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਨੇ ਆਪਣੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਆਉਣ ਵਾਲੇ ਸਮੇਂ 'ਚ ਪ੍ਰਧਾਨ ਜੀ ਨੇ ਦੱਸਿਆ ਕਿ ਹੋਰ ਨਿਯੁਕਤੀਆਂ ਵੱਡੇ ਬਿੰਦਰ ਸਿੰਘ ਰੋਮੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ